ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪਹੁੰਚੇ ਹਾਂ ਜੀ ਨਕੋਦਰ ਸੰਧੂ ਫਾਰਮ, ਅਵਤਾਰ ਸਿੰਘ ਸੰਧੂ ਦੇ ਫਾਰਮ ਦੇ ਵਿੱਚ। ਇਹ ਡਿਊਜ਼ ਜੀ 70 ਅਤੇ ਇਹ ਲੇਜ਼ਰ ਲੇਬਰ ਨਵਾਂ ਲਿਆ ਜੀ ਹੁਣੀ। ਇਹ ਕਿੰਨੇ ਦਾ ਆਇਆ ਜੀ? ਭਾਜੀ 4,10,000 ਦਾ ਜੀ। 4,10,000 ਦਾ? ਅਤੇ ਅੱਜ ਤੁਸੀਂ ਚਲਾਇਆ ਜੀ, ਕਿਵੇਂ ਲੱਗਿਆ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਇਹ ਸਾਰਾ ਆਟੋਮੈਟਿਕਲੀ ਹੈ ਨਾ? ਆਟੋਮੈਟਿਕ ਹੈ ਹਾਂਜੀ। ਇਹਦਾ ਉੱਪਰਲਾ ਵੀ ਉਹ ਵਰਕਿੰਗ ਕਰਦਾ ਜੀ ਜਿਹੜਾ, ਉਹ ਵੀ ਆਟੋਮੈਟਿਕਲੀ ਆਟੋਮੈਟਿਕ ਸੈਂਸ ਕਰਦਾ, ਸੈਂਸ ਕਰਦਾ ਹੈਗਾ। ਇਹਦੀ ਵੀਡੀਓ ਮੈਂ ਪਾਊਂਗਾ ਜ਼ਰੂਰ ਜੀ, ਤੁਸੀਂ ਦੇਖਿਓ। ਇਹ 10 ਫੁੱਟ ਹੈ ਜੀ? ਇਹ 10 ਫੁੱਟ ਹੈ ਜੀ, ਅਤੇ ਹੁਣੇ ਹੀ ਆਪਣੇ ਮਿੱਤਰ ਸੀ ਅਤੇ ਇੱਕ ਕਿਰਾ ਹੋਰ ਚੱਲਦਾ ਸੀ, ਅਤੇ ਉਹ ਵੀ ਕਹਿੰਦੇ ਅਸੀਂ ਵੀ 10 ਫੁੱਟ ਹੀ ਲਿਆਵਾਂਗੇ। ਹਾਂਜੀ, ਉਹ BTCF ਵਾਲਿਆਂ ਦਾ? ਹਾਂਜੀ ਹਾਂਜੀ ਹਾਂਜੀ, ਬੁਰਾ ਫਾਰਮ ਵਾਲਿਆਂ ਦਾ, ਬੁਰਾ ਫਾਰਮ ਵਾਲਿਆਂ ਦਾ ਜੀ। ਹਾਂਜੀ ਹਾਂਜੀ, ਉਹ ਵੀ ਉਹਨਾਂ ਨੇ ਵੀ ਲਾਈਕ ਕੀਤਾ ਵੀ 10 ਫੁੱਟ ਤਾਂ ਬਹੁਤ ਵਧੀਆ ਚੱਲਦਾ। ਅਤੇ ਧੋਣ ਦਾ ਕੰਮ ਕਰ ਰਹੇ ਹੋ ਫਿਰ? ਹੈ ਹਾਂਜੀ ਹਾਂਜੀ, ਫਿਰ ਉਹਨੇ ਵੀ ਰੱਖ ਰਖਾਅ ਤੋਂ ਬਾਅਦ ਵੀ ਇਹਨਾਂ ਨੂੰ ਰੱਖ ਰਖਾਅ ਵੀ ਕਰਨਾ ਪੈਣਾ, ਇਹਨੂੰ ਕਲੀਨ ਜੀ ਸਾਰਾ ਕੁਛ ਕਰਨਾ ਹੀ ਪੈਣਾ ਹੈਗਾ। ਹਾਂਜੀ ਹਾਂਜੀ, ਜੇ ਇਹਨੂੰ ਇੱਦਾਂ ਖੜਾ ਕਰਤਾ ਤਾਂ ਗਲ ਵੀ ਗਿਆ ਜੀ। ਨਹੀਂ ਬਿਲਕੁਲ ਬਿਲਕੁਲ ਬਿਲਕੁਲ, ਇਹ ਵਾਸ਼ ਕਰ ਰਹੇ ਆ ਜੀ। ਜਿੰਨੀ ਜ਼ਰੂਰੀ ਇਹਨੂੰ ਵਰਤਣਾ ਉਦੋਂ ਵੱਧ ਜ਼ਰੂਰੀ ਇਹਦੀ ਟੇਕ ਕੇਅਰ ਕਰਨੀ ਹੈ। ਬਿਲਕੁਲ ਜੀ ਬਿਲਕੁਲ ਬਿਲਕੁਲ। ਅਤੇ ਇਹ ਦੇਖੋ ਜੀ, PTO ਆਪਰੇਟਰ ਹੈ, ਇਹ PTO ਦੇ ਨਾਲ ਅਟੈਚ ਹੋ ਜਾਂਦਾ ਜੀ। ਅਤੇ ਇਹ ਜਿਹੜਾ ਇਹਨਾਂ ਦਾ ਫਾਰਮ ਆ ਉਹ ਤੁਹਾਨੂੰ ਦਿਖਾਉਣਾ ਜੀ ਮੈਂ, ਇਹ ਦੇਖੋ ਜੀ। ਅਤੇ ਜਿਹੜੇ ਫਾਰਮ ਦੇ ਕੋਈ ਸ਼ੋਟ ਜੀ, ਤੁਸੀਂ ਡਰੋਨ ਸ਼ੋਟ ਇੰਜੋਏ ਕਰਿਓ, ਮੈਂ ਲਾਊਂਗਾ ਜ਼ਰੂਰ ਪੂਰੇ ਇਹਨਾਂ ਦੇ ਫਾਰਮ ਦੇ।